ਸਿੰਘਾਂਸ ਦੇ ਵਿੱਚ ਜਿੱਥੇ ਨੌਜਵਾਨਾਂ ਦਾ ਵੱਡਾ ਰੋਲ ਰਿਹਾ ਉੱਥੇ ਹੀ ਸਾਡੇ ਨਾਲ ਛੋਟੇ ਛੋਟੇ ਬੱਚੇ ਮੌਜੂਦ ਨੇ ਇਹਨਾਂ ਦਾ ਵੀ ਇੱਕ ਰੋਲ ਆ ਇੱਥੇ ਆਏ ਨੇ ਸਿੰਘਾਂਸ ਦੇ ਵਿੱਚ ਗੱਲਬਾਤ ਕਰਾਂਗੇ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਨੇ ਇੱਥੇ ਕੀ ਕਰਨ ਆਏ ਨੇ ਇਹਨਾਂ ਦਾ ਕੀ ਕਹਿਣਾ ਕਿੱਥੋਂ ਸਟਾਰਟ ਕਰੀਏ ਪਹਿਲਾਂ ਇਹ ਦੱਸੋ ਤੁਸੀਂ ਆਜੋ ਕਿਹੜੀ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਮੈਂ ਸੈਕਿੰਡ ਕਲਾਸ ਵਿੱਚ ਪੜ੍ਹਦਾ ਸੈਕਿੰਡ ਕਲਾਸ 'ਚ ਇੱਥੇ ਕੀ ਕਰਨ ਆਇਓਗੇ ਇੱਥੇ ਸੰਘਰਸ਼ ਦੇ ਵਿੱਚ ਸਕੂਲ ਜਾਣ ਨੂੰ ਨਹੀਂ ਜੀ ਕਰ ਰਹੇ ਮੈਂ ਸਕੂਲ ਜਾਣ ਤੋਂ ਜੀ ਕਰਦਾ ਹੈ ਤੇ ਅਸੀਂ ਤੇ ਹਾਕੀ ਲੈਣ ਆਏ ਆ ਅੱਛਾ ਕਿੰਨੀ ਉਮਰ ਕਿੰਨੀ ਹੋਈ ਤੁਹਾਡੀ ਹਾਂਜੀ ਉਮਰ 8 ਸਾਲ 8 ਸਾਲ ਤੇ ਮੈਡਮਾਂ ਨਹੀਂ ਕੁਝ ਕਹਿੰਦੀਆਂ ਵੀ ਤੂੰ ਉੱਥੇ ਦਿੱਲੀ ਬੈਠਾ ਇੱਥੇ ਸਕੂਲ ਲੱਗਦਾ ਨਹੀਂ ਮੈਡਮ ਨਾਲ ਕਹਿੰਦੀ ਉਹ ਸਕੂਲ ਅੱਡ ਲੱਗ ਚੱਲੇ ਆ ਅੱਛਾ ਮੈਡਮਾਂ ਨਾਲ ਨੇ ਤੇਰੇ ਫਿਰ ਤੇਰੇ ਤੇਰਾ ਹੱਕ ਪੂਰ ਰਹੀਆਂ ਮੈਡਮਾਂ ਹੈ ਹਾਂਜੀ ਤੂੰ ਛੋਟੀ ਜੀ ਕੁੜੀ ਵੀ ਸਾਡੇ ਨਾਲ ਮੌਜੂਦ ਹੈ ਇਹਨਾਂ ਗੱਲਬਾਤ ਕਰਦੇ ਆ ਇੱਥੇ ਹੀ ਕਰਨਾ ਆ ਪੁੱਤ ਇੱਥੇ ਲੈਣਾ ਹੀ ਹੈ ਹੈ ਟੈਂਟ 'ਚ ਸੌਣੀ ਆ ਨਹੀਂ ਟੈਂਟ 'ਚ ਤਾਂ ਸੌਣੀ ਆ ਇੱਥੇ ਹੀ ਕਰਨਾ ਹੀ ਆ ਮੋਢੇ ਸਾਪਾ ਕਰਦੇ ਆ ਅੱਛਾ ਸਾਪਾ ਕਰਨਾ ਹੈ ਕਿਵੇਂ ਕਰਦੇ ਹੋ ਸਾਪਾ ਮੋਢੇ ਦਾ ਸਾਪਾ ਕਰਨਾ ਹੈ ਅੱਛਾ ਤੁਸੀਂ ਤੁਸੀਂ ਇੱਥੇ ਆਏ ਹੋਗੇ ਕਿਹੜੀ ਕਲਾਸ 'ਚ ਪੜ੍ਹਦੇ ਹੋਗੇ ਮੈਂ 3rd 'ਚ ਪੜ੍ਹਦਾ ਕੀ ਕਰਨ ਆਏ ਹੋ ਇੱਥੇ ਜਿਹੜਾ ਤੁਸੀਂ ਇੱਥੇ ਆਏ ਹੋਗੇ ਸੰਘਰਸ਼ ਦੇ ਵਿੱਚ ਕਿੰਨੇ ਦਿਨ ਹੋਗੇ ਤੁਹਾਨੂੰ ਆਇਆ ਨੂੰ ਸਾਨੂੰ ਕੱਲ ਪਰਸੋਂ ਰਾਤੀ ਆਏ ਆ ਇੱਥੇ ਅਸੀਂ ਕਿਸਾਨਾਂ ਦਾ ਹੱਕ ਲੈਣ ਆਏ ਆ ਹਾਂ ਕਿਸਾਨਾਂ ਦਾ ਹੱਕ ਲੈਣ ਆਏ ਹੋ ਕਿ ਆਪਣਾ ਵੀ ਲੈਣ ਆਏ ਹੋ ਆਪਣਾ ਵੀ ਲੈਣ ਆਏ ਜੀ ਹਾਂ ਤੇ ਮੈਡਮਾਂ ਨਹੀਂ ਕੁਝ ਕਹਿੰਦੀਆਂ ਸਕੂਲ ਦੇ ਵਿੱਚ ਜਾਣਾ ਹੁੰਦਾਗਾ ਸਕੂਲ ਦੇ ਵਿੱਚ ਮੈਡਮਾਂ ਤਾਂ ਨਹੀਂ ਕੁਝ ਬੋਲਦੀਆਂ ਫਿਰ ਵੀ ਆਏ ਨਹੀਂ ਹੈਗੇ ਨਹੀਂ ਜੀ ਪਹਿਲੀ ਬਿਮਾਰੀ ਫੈਲੀ ਆ ਉਹ ਕਿੱਥੋਂ ਜਾਣਾ ਸਕੂਲ ਇੱਥੇ ਹੀ ਲੱਗ ਜਾਂਦੇ ਫੋਨ ਤੇ ਅੱਛਾ ਫੋਨ ਤੇ ਸਕੂਲ ਲੱਗ ਜਾਂਦੇ ਆ ਹਾਂਜੀ ਆਨਲਾਈਨ ਕਲਾਸਾਂ ਲੱਗਦੀਆਂ ਨੇ ਹਾਂਜੀ ਫਿਰ ਕੀ ਲੱਗਦਾ ਤੈਨੂੰ ਵੀ ਜੇ ਕਲਾਸ ਨਾ ਲਾਵੇ ਇੱਕ ਦਿਨ ਮਿਸ ਹੋ ਜੇ ਫਿਰ ਫੈਨ ਵਗੈਰਾ ਵੀ ਪੈਂਦਾ ਹੋਣਾ ਬਿਲਕੁਲ ਜੀ ਨਹੀਂ ਹਾਂ ਮੈਡਮਾਂ ਨੂੰ ਕੀ ਕਹਿ ਕੇ ਵੀ ਅਸੀਂ ਕਿੱਥੇ ਚੱਲੇ ਆ ਦਿੱਲੀ ਦਿੱਲੀ ਚੱਲੇ ਆ ਹਾਂਜੀ ਤੇ ਤੁਸੀਂ ਆਏ ਹੋ ਇੱਥੇ ਛੋਟੇ ਬੱਚੇ ਕੀ ਲੱਗਦਾ ਤੁਹਾਨੂੰ ਇੱਥੇ ਆ ਕੇ ਕੀ ਕਰਨ ਆਏ ਹੋ ਇੱਥੇ ਅਸੀਂ ਮੋਢੇ ਦਾ ਸ਼ੇਪ ਮਾਰਨ ਆਏ ਆ ਅੱਛਾ ਕੀ ਕਿੰਨੇ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ ਨਰਸਰੀ ਕਲਾਸ 'ਚ ਕਿਵੇਂ ਸਿਆਪਾ ਕਰਦੇ ਹੋਗੇ ਕੀ ਸਿਆਪਾ ਕਰਨਾ ਹੈ ਹੈ ਉਹਦੇ ਮੈਂ ਤੁੰਡੀ 'ਚ ਬਣਦਾ ਅੱਛਾ ਅੱਛਾ ਤੁਸੀਂ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਮੈਂ ਸੈਕਿੰਡ ਵਿੱਚ ਪੜ੍ਹਦਾ ਹਾਂ ਹਾਂ ਕੀ ਕਰਨਾ ਹੈ ਉੱਥੇ ਮੋਦੀ ਦਾ ਸਿਆਪਾ ਹਾਂ ਆਪਣੇ ਹੱਕ 'ਚ ਆਪਣੇ ਹੱਕ ਲੈਣ ਆਏ ਹੋ ਕਿੰਨੀ ਉਮਰ ਹੋ ਗਈ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ ਮੈਂ ਸੈਕਿੰਡ ਕਲਾਸ 'ਚ ਪੜ੍ਹਦਾ ਵਾਂ ਮੇਰੀ ਉਮਰ ਆ ਹਾਂ ਕਿੰਨੀ ਉਮਰ ਆ 7 ਸਾਲ 7 ਸਾਲ ਦੀ ਉਮਰ ਆ ਲੱਗਦਾਗਾ ਇੱਥੇ ਤੁਹਾਡੇ ਆਉਣ ਨਾਲ ਹੱਕ ਮਿਲ ਜਾਣਗੇ ਨਹੀਂ ਮਿਲ ਜਾਣਗੇ ਹੱਕ ਜ਼ਰੂਰ ਜ਼ਰੂਰ ਮਿਲਣਗੇ ਤੈਨੂੰ ਲੱਗਦਾਗਾ ਇੱਥੇ ਆਉਣ ਨਾਲ ਤੂੰ ਆਈ ਆ ਇੱਥੇ ਛੋਟੀ ਜੀ ਤੇ ਤੇਰੇ ਆਉਣ ਨਾਲ ਇੱਥੇ ਹੱਕ ਮਿਲ ਜਾਣਗੇ ਜ਼ਰੂਰ ਜ਼ਰੂਰ ਮਿਲਣਗੇ ਤੈਨੂੰ ਤੈਨੂੰ ਵੀ ਲੱਗ ਰਿਹਾਗਾ ਵੀ ਇੱਥੇ ਤੂੰ ਆਈ ਆ ਕਿੰਨੇ ਦਿਨਾਂ ਵਾਸਤੇ ਆਈ ਆ ਤੂੰ ਇੱਥੇ ਰੁਕਣਾ 5 ਡੇ ਬੋਲ ਕੇ ਦੱਸੋ ਕਿੰਨੇ ਦਿਨਾਂ ਵਾਸਤੇ ਆਏ ਹੋ 5 ਤੋਂ 7 ਡੇ ਅੱਛਾ 5 ਦਿਨਾਂ ਵਾਸਤੇ ਆਏ ਹੋ ਸੋ ਇਹ ਛੋਟੇ ਛੋਟੇ ਬੱਚੇ ਸੀ ਇਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਇੱਥੇ ਆਏ ਆ ਆਪਣੇ ਹੱਕ ਲੈਣ ਆਏ ਆ ਇੱਧਰ ਇਹਨਾਂ ਦੇ ਮਾਂ-ਬਾਪ ਖੜੇ ਨੇ ਗੱਲਬਾਤ ਕਰਦੇ ਆ ਕੀ ਲੱਗਦਾ ਤੁਹਾਨੂੰ ਤੁਸੀਂ ਇੱਥੇ ਆਏ ਹੋ ਜੀ ਸੰਘਰਸ਼ ਦੇ ਵਿੱਚ ਛੋਟੇ ਛੋਟੇ ਬੱਚੇ ਤੁਹਾਡੇ ਨਾਲ ਆਏ ਨੇ ਕੀ ਲੱਗ ਰਿਹਾ ਹੈਗਾ ਸਰ ਅਸੀਂ ਆਪਣਾ ਜਿਹੜਾ ਕਿਸਾਨ ਜਿਹੜਾ ਮੋਦੀ ਨੇ 3 ਬਿੱਲ ਪਾਸ ਕੀਤੇ ਨੇ ਉਹ ਮਤਲਬ ਸਾਡੇ ਇਹ ਰੱਦ ਹੋਣੇ ਚਾਹੀਦੇ ਨੇ ਕਿਉਂਕਿ ਇਹ ਸਾਡੇ ਕਿਸਾਨਾਂ ਵਾਸਤੇ ਮਤਲਬ ਸਾਡੇ ਹੱਕ ਵਿੱਚ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਅਸੀਂ ਰੱਦ ਕਰਵਾਉਣ ਵਾਸਤੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਆ ਇਹ ਛੋਟੇ ਬੱਚੇ ਆਏ ਨੇ ਨਾਲ ਠੰਡ ਬਹੁਤ ਜ਼ਿਆਦਾ ਗਈ ਠੰਡ ਨਹੀਂ ਲੱਗਦੀ ਇਹਨਾਂ ਸਰ ਅਗਰ ਸਾਡੀ ਜ਼ਮੀਨਾਂ ਨਹੀਂ ਰਹਿਣਗੀਆਂ ਸਾਡੇ ਪਰਿਵਾਰ ਖੁਸ਼ਹਾਲ ਨਹੀਂ ਰਹਿਣਗੇ ਤੇ ਇਹ ਛੋਟੇ ਛੋਟੇ ਬੱਚੇ ਪਲਣਗੇ ਕਿਵੇਂ ਇਸ ਕਰਕੇ ਅਸੀਂ ਆਪਣੇ ਹੱਕ ਲੈਣ ਵਾਸਤੇ ਇੱਥੇ ਮੌਜੂਦ ਹੋਏ ਆ ਇੱਕ ਵਾਰ ਫਿਰ ਛੋਟੇ ਬੱਚਿਆਂ ਨਾਲ ਗੱਲ ਕਰਦੇ ਆ ਤੁਹਾਨੂੰ ਕਿੱਥੇ ਰੁਕ ਰਹੇ ਹੋ ਤੁਸੀਂ ਕਿੱਥੇ ਪੈਨੇ ਹੋਗੇ ਟੈਂਟ ਵਿੱਚ ਠੰਡ ਨਹੀਂ ਲੱਗਦੀ ਜੀ ਠੰਡ ਬਹੁਤ ਜ਼ਿਆਦਾ ਉੱਥੇ ਲਾਈਟ ਵੀ ਆ ਉੱਥੇ ਲਾਈਟ ਵੀ ਆ ਠੰਡ ਨਹੀਂ ਲੱਗ ਰਹੀ ਹੈ ਠੰਡ ਨਹੀਂ ਲੱਗ ਰਹੀ ਜੈਕਟ ਵੀ ਆ ਹੈ ਜੈਕਟ ਸੋ ਇੱਥੇ ਤੁਹਾਨੂੰ ਲੱਗ ਰਹੀ ਆ ਇੱਥੇ ਠੰਡ ਬਹੁਤ ਜ਼ਿਆਦਾ ਜੀ ਠੰਡ ਤਾਂ ਨਹੀਂ ਲੱਗ ਰਹੀ ਨਹੀਂ ਜੀ ਟੈਂਟਾਂ ਵਿੱਚ ਨਹੀਂ ਠੰਡ ਨਹੀਂ ਲੱਗਦੀ ਟੈਂਟਾਂ ਵਿੱਚ ਠੰਡ ਨਹੀਂ ਲੱਗਦੀ ਉਹ ਉਦਾਂ ਲੱਗਦੀ ਆ ਠੰਡ ਬਾਹਰ ਨਿਕਲੀ ਫੇਰ ਲੱਗਦੀ ਉਹ ਤਾਂ ਟੈਂਟਾਂ ਵਿੱਚ ਨਹੀਂ ਲੱਗਦੀ ਅੱਛਾ ਜਦੋਂ ਹਵਾ ਤੇ ਧੂੜਾ ਹੀ ਫੇਰ ਹੀ ਲੱਗਦੀ ਆ ਅੱਛਾ ਸੋ ਇਹ
छोटे छोटे बच्चे से जिन्हों का कहना है कि असं इतने अपने हक लैन आए हैं, असी आ गए तो हक जरूर मिलने। ये बच्चों का कहना गा, एक बार असी भी अपील करते हैं सरकार को कि हूँ तो मन जान, हूँ ये छोटे छोटे बच्चे आए ने इतने इतने नारे ला रहे ने छोटे छोटे बच्चे। इन्हों का कहना गा कि असं अपने हक लैके जावे, हक लैन आए हैं। जुड़े रहो रेडियो पंजाब टुडे नाल, कैमरामैन जसकरन के नाल, मैं हरजिंदर सिंह ढिल्लों, सिंघू बॉर्डर दिल्ली।